जालंधर अमृतसर हाईवे पर गुरु गोविंद सिंह एवेन्यू के पास अज्ञात वाहन की टक्कर से ऑटो बेकाबू होकर सड़क पर पलट गया, जिसमें ऑटो चालक की मौके पर ही मौत हो गई। मृतक की पहचान सूरज निवासी कोट बाबा दीप सिंह नगर जालंधर के रूप में हुई है। इसकी सूचना लोगों ने पुलिस को दी। मौके पर पहुंची पीसीआर टीम ने इसकी सूचना जब थाना रामा मंडी की पुलिस को दी तो डेढ़ घंटे तक भी पुलिस नहीं पहुंची और मृतक की लाश डेढ़ घंटे तक सड़क पर पड़ी रही और लोग तमाशा देखते रहे। फिर पीसीआर टीम ने मृतक व्यक्ति के शव को सिविल अस्पताल पोस्टमार्टम के लिए पहुंचा दिया। जालंधर से वन न्यूज नेटवर्क की रिपोर्ट। ਇੱਧਰੋਂ ਸਾਨੂੰ ਬੰਦੇ ਨੇ ਇਤਲਾਹ ਦਿੱਤੀ ਵੀ ਆ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਸਾਹਮਣੇ ਥਰੀ ਵੀਲਰ ਦੇ ਵਿੱਚ ਕੋਈ ਪਿੱਛੋਂ ਉਹਨੂੰ ਫੇਟ ਮਾਰ ਗਿਆ। ਉਹ ਥਰੀ ਵੀਲਰ ਵਾਲਾ ਜਿਹੜਾ ਪਲਟਣ ਦੇ ਨਾਲ ਥਰੀ ਵੀਲਰ ਪਲਟ ਗਿਆ ਤਾਂ ਉਹਦਾ ਗਲਾ ਇੱਥੋਂ ਕੱਟਿਆ ਗਿਆ। ਉਹਦਾ ਖੂਨ ਕਾਫੀ ਵਹਿਣ ਦੇ ਨਾਲ ਜਿਹੜਾ ਥਰੀ ਵੀਲਰ ਪਲਟ ਕੇ ਉਹਦੇ ਉੱਪਰ ਆ ਗਿਆ ਸੀ। ਸਾਨੂੰ ਦੱਸਿਆ ਅਸੀਂ ਮੌਕੇ 'ਤੇ ਗਏ, ਜਾ ਕੇ ਥਰੀ ਵੀਲਰ ਸਿੱਧਾ ਕਰਕੇ ਉਹਨੂੰ ਥੱਲੇ ਕੱਢਿਆ। ਜਦੋਂ ਦੇਖਿਆ ਜਿਹੜੀ ਗੱਡੀ ਮਾਰ ਕੇ ਗਈ ਉਹ ਤਾਂ ਪਤਾ ਲੱਗਾ ਜੀ? ਨਹੀਂ ਜੀ ਨਹੀਂ, ਉਹਦਾ ਦੂਜੀ ਸਾਈਡ ਤੋਂ ਮਾਰ ਕੇ ਗਈ। ਉਹ ਪਲਟ ਕੇ ਦੂਸਰੇ ਪਾਸੇ ਆ ਗਿਆ, ਦੂਜੀ ਰੋਡ 'ਤੇ ਆ ਗਿਆ ਪਲਟ ਕੇ। ਉਹਦਾ ਗੱਡੀ ਬਾਰੇ ਨਹੀਂ ਕੋਈ, ਅਸੀਂ ਤਾਂ ਉਹ ਜਾ ਕੇ ਮੌਕਾ ਸਾਂਭਿਆ, ਜਾਮ ਲੱਗਾ ਸੀ ਟ੍ਰੈਫਿਕ। ਸਰ ਮ੍ਰਿਤਕ ਦੀ ਪਹਿਚਾਣ ਹੋਈ ਆ ਜੀ? ਨਹੀਂ ਹਜੇ ਤੱਕ ਉਹਦੇ ਕੋਈ ਨਹੀਂ, ਉਹਦੇ ਕਿਸੇ ਦਾ ਕੰਟੈਕਟ ਨਹੀਂ ਹੋ ਸਕਿਆ ਹਜੇ। ਅਤੇ ਕੀ ਕਾਰਵਾਈ ਕੀ ਕਰ ਰਹੇ ਜੀ? ਕਾਰਵਾਈ ਅਸੀਂ ਉਹ ਡਿਊਟੀ ਅਫਸਰ ਆ ਰਹੇ ਮੌਕੇ 'ਤੇ, ਅਸੀਂ ਟ੍ਰੈਫਿਕ ਖੁਲਾ ਦਿੱਤੀ ਆ, ਜਿਹੜੀ ਡੈੱਡ ਬੋਡੀ ਆ ਉਹਨੂੰ ਚੁਕਾ ਕੇ ਤਾਂ ਹੌਸਪੀਟਲ ਭੇਜ ਦਿੱਤਾ ਅਤੇ